ਤੇ ਬਾਲ ਫੇਰ ਨਸੀਬਪੁਰੇ ਵਾਲੇ ਦੀ ਪੈ ਗਈ ਹੈ ਸਾਹਮਣੇ ਪਾਜ ਵਿਆਹ ਤਿਆਰੀ ਫੜ ਓਏ ਤਿਆਰੀ ਫੜ ਫਾਈਨਲ ਹੈ ਓਏ ਤਿਆਰੀ ਫੜ ਫਾਈਨਲ ਆ ਨਵੀਆਂ ਨਾ ਓਏ ਫਾਈਨਲ ਮੈਚ ਹੈ ਵੀ ਉਹ ਗੱਲ ਹੈ ਵੀ ਨੱਚਣਾ ਤਾਂ ਹੁਣ ਨੱਚਣਾ ਘਰੇ ਜਾ ਕੇ ਚੁੱਲ੍ਹੇ ਚ ਨਾ ਲੱਤ ਮਾਰੀ ਓਏ ਨੱਚਣਾ ਤਾਂ ਹੁਣੇ ਨੱਚਣਾ ਡਾਕਟਰ ਡਾਕਟਰ ਰਣ ਇੱਕ ਛੁੜ ਗਿਆ ਮੇਰੇ ਮਿੱਤਰੋ ਗਰਾਊਂਡ ਦੇ ਵਿੱਚ ਰਣ ਇੱਕ ਛੁੜ ਗਿਆ ਰਣ ਇੱਕ ਛੁੜ ਗਿਆ ਰਣ ਇੱਕ ਛੁੜ ਗਿਆ ਤੇ ਡਾਕਟਰ ਫੇਰ ਆ ਗਿਆ ਡਾਕਟਰ ਫੇਰ ਆ ਗਿਆ ਮੇਰੇ ਮਿੱਤਰੋ ਡਾਕਟਰ ਫੇਰ ਆ ਗਿਆ ਬਠਿੰਡੇ ਵਾਲਾ ਸਾਹਮਣੇ ਹੈ ਜਿਹਨੂੰ ਕਹਿੰਦੇ ਬਠਿੰਡੇ ਵਾਲੇ ਦਾ ਛੱਕਾ ਫਿਰ ਜੇ ਨਾ ਉਹ ਕਹਿੰਦੇ ਫੁੜਕ 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 ਕੇ ਉੱਠਦਾ ਜਿਹਨੂੰ ਬਠਿੰਡੇ ਵਾਲੇ ਦਾ ਛੱਕਾ ਪੈ ਜੇ ਉਹ ਰਾਤਾਂ ਨੂੰ ਕਹਿੰਦੇ ਫੁੜਕ ਫੁੜਕ ਕੇ ਉੱਠਦਾ ਪਰ ਬੱਜੂ ਕੇ ਨਾ ਇਹ ਤਾਂ ਗੱਲ ਸਵੇ ਦੀ ਆ ਮੇਰੇ ਮਿੱਤਰੋ ਬਠਿੰਡੇ ਵਾਲਾ ਨਾਨਕੇ ਪਿੰਡ ਦੇ ਵਿੱਚ ਆਇਆ ਤੇ ਬੱਲੇ ਬੱਲੇ ਹੀ ਕਰਵਾ ਰਿਹਾ ਫਾਈਨਲ ਮੈਚ ਆ ਮੇਰੇ ਮਿੱਤਰੋ ਦੋਨੇ ਟੀਮਾਂ ਦੀ ਟੱਕਰ ਬਰਾਬਰ ਦੀ ਹੈ ਨਸੀਬਪੁਰੇ ਵਾਲਾ ਤਿੱਕੜੀ ਪਾਲ ਪਾਉਣ ਲਈ ਤਿਆਰ ਖੇਡਦੇ ਮੈਦਾਨ ਦੇ ਵਿੱਚ ਚੋਟੀ ਦਾ ਮੈਚ ਤੇ ਟਿੱਕੜੀ ਦੀ ਪਾਲ ਦੇ ਸਾਹਮਣੇ ਸੱਪ ਨੂੰ ਸੱਪ ਲੜੇ ਤਾਂ ਚੈਰ ਕਿਹਨੂੰ ਚੜੇ ਭੱਲੇ 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 ਮੁੰਡੇ ਨੇ ਕਹਿੰਦੇ ਟਰਾਈ ਤਕੜੀ ਕੀਤੀ ਹੈ ਰਣ ਇੱਕ ਤੋਂ ਦੋ ਭਾਲੇ ਹੈ ਰਣ ਇੱਕ ਤੋਂ ਦੋ ਗਰਾਊਂਡ ਦੇ ਵਿੱਚ ਭਾਲੇ ਆ ਮੇਰੇ ਮਿੱਤਰੋ ਸਾਹਮਣੇ ਬਠਿੰਡੇ ਵਾਲਾ ਡਾਕਟਰ ਫੇਰ ਹੈ ਤੇ ਮੈਚ ਚੋਟੀ ਦਾ ਵੀ ਸ਼ਾਮਾਂ ਧਰਨੂ ਆਈਆਂ ਜਿਹਨੂੰ ਮਿਲਣੀਆਂ ਅੱਜ ਵਧਾਈਆਂ ਕਹਿਣ ਟੀਮਾਂ ਦੇ ਪਲੇਅਰ ਆਪਾਂ ਲਾਉਣੀ ਨਹੀਂ ਉਹ ਦੇਰ ਜਿੱਤ ਵਾਲੇ ਦੇਣੇ ਝੰਡੇ ਕੱਟ ਮਿੱਤਰੋ ਲੋਕੀ ਕੱਟ ਕੱਟਾ ਬੈਠੇ ਸਾਰਾ ਛੱਡ ਮਿੱਤਰੋ ਜਿਹਨੂੰ ਸ਼ੰਕਾ ਵੱਜਦਾ ਉਹ ਫੁੜਕ 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 ਕੇ ਉੱਠਦਾ ਵੀ ਲੰਬਾ ਲਾਉਂਦਾ ਸ਼ੰਕਾ ਯਾਰੋ ਧਰਮਿੰਦਰ ਸ਼ੋਸ਼ਣ ਦਾ ਘੱਲਾ ਦਾ ਨਿੱਕਾ ਵੀ ਬੱਲੇਬਾਜ ਕਮਾਲ ਦਾ ਜਿਹਨਾਂ ਨੂੰ ਡਿਗੜੀ ਤੇ ਦੀਪ ਵਾਲਾ ਸੁੱਟਦੇ ਬਹੁਤਾ ਚਿਰ ਪਿੱਚ ਤੇ ਟਿਕਦੇ ਨੇ ਜਿਹਨੂੰ ਬਠਿੰਡੇ ਦੇ ਡਾਕਟਰ ਦਾ ਛੱਕਾ ਵੱਜਦੇ ਰਾਤਾਂ ਨੂੰ ਫੁੜਕ 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 ਕੇ ਉੱਠਦੇ ਨੇ ਜਿਹਨੂੰ ਬਠਿੰਡੇ ਦੇ ਡਾਕਟਰ ਦਾ ਛੱਕਾ ਵੱਜਦੇ ਰਾਤਾਂ ਨੂੰ ਫੁੜਕ ਫੁੜਕ ਕੇ ਉੱਠਦੇ ਨੇ ਸਕੋਰਾਂ ਦਾ ਵੇਰਵਾ ਦੱਸੋ ਜੀ ਕਿੰਨੇ ਹੈ ਗਿਆਰਾਂ ਰਾ ਨਾ ਗਿਆਰਾਂ ਸਕੋਰ ਹੋਏ ਹੈ ਦੋ ਓਵਰ ਸਮਾਪਤ ਹੋ ਗਏ ਹੈ ਲਓ ਖੇਲ ਦੀ ਬਾਲ ਪੌੜੀ ਹੈ ਗਰਾਊਂਡ ਦੇ ਅੰਦਰ ਖੇਲ ਦੀ ਬਾਲ ਪੌੜੀ ਹੈ ਚੋਟੀ ਦਾ ਮੈਚ ਹੈ ਮੇਰੇ ਮਿੱਤਰੋ ਔਰ ਰੱਤੇ ਖੇੜੇ ਵਾਲਿਆ ਇਹ ਪਾਰਾ ਟੱਪ ਗਈਆਂ ਤੇ ਪਾਰਾ ਹੀ ਰਹਿ ਗਈਆਂ ਫਾਈਨਲ ਹੈ ਕੁਝ ਨਾ ਕੁਝ ਕਰਨਾ ਪਊ ਕੁਝ ਨਾ ਕੁਝ ਕਰਨਾ ਪਊ ਜੀਵਨ ਸਿੰਘ ਵਾਲੇ ਦਾ ਸ਼ੀਰਾ ਦੇਖਿਆ ਪਿਛਲੇ ਮੈਚ ਵਿੱਚ ਵੀ ਕੀ ਕਰਦਾ ਲਓ ਖੇਲ ਦੀ ਪਾਲ ਸਾਹਮਣੇ ਭਾਜਵਾ ਅਗਲੀ ਵਾਰ ਫੇਰ ਤੁਹਾਡਾ ਪੌੜ ਦੇ ਲਈ ਤਿਆਰ ਸਾਹਮਣੇ ਭਾਜਵਾ ਉਹ ਖੇਲ ਦੀ ਵਾਰ ਪੈ ਗਈ ਹੈ ਸਾਹਮਣੇ ਪੱਲੇ 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 ਡਾਕਟਰ ਫੇਰ ਮੂਰੇ ਡਾਕਟਰ ਫੇਰ ਮੂਰੇ ਮੇਰੇ ਮਿੱਤਰੋ ਡਾਕਟਰ ਫੇਰ ਮੂਰੇ ਆ ਗਿਆ ਤੇ ਖੇਲ ਦੀ ਵਾਲ ਫੇਰ ਪੌੜੀ ਹੈ ਅੱਜ ਕਹਿੰਦੇ ਤਿੰਗੜ ਪਿੰਡ ਹੈ ਕ੍ਰਿਕਟ ਦੇ ਵੱਡੇ ਮੱਲ ਹੈ ਚੌਂਟ ਦੇ ਵਿੱਚੋਂ ਦੋ ਨਿੱਤਰ ਕੇ ਆ ਗਿਆ ਤੇ ਹੁਣ ਇੱਕ ਕਿਹੜੀ ਨਿੱਤਰੂ ਸਮੇਂ ਦੀ ਗੱਲ ਹੈ ਅਗਲੀ ਵਾਰ ਖੇਲ ਸਾਹਮਣੇ ਡਾਕਟਰ 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 ਆਓ ਜਾਂਦਾ ਆਓ ਜਾਂਦਾ ਆਓ ਜਾਂਦਾ ਆਓ ਜਾਂਦਾ ਆਓ ਜਾਂਦਾ ਮੇਰੇ ਮਿੱਤਰੋ ਬਠਿੰਡੇ ਵਾਲਾ ਆਓ ਜਾਂਦਾ ਬਠਿੰਡੇ ਵਾਲਾ ਆਓ ਜਾਂਦਾ ਆਉਂਦਾ ਕਦੇ ਡਾਕਟਰ ਤੇ ਆਹੋ ਬੰਦਿਆ ਭੱਜ ਕੇ ਦੌੜ ਜਾਂਦਾ ਆਹੋ ਦੌੜ ਜਾਂਦਾ ਭੱਜ ਕੇ ਮੈਚ ਫਾਈਨਲ ਚੋਟੀ ਦਾ ਸਿਰੇ ਦਾ ਖੇਡਿਆ ਜਾ ਰਿਹਾ ਤੇ ਦੁਨੀਆਂ ਕਹਿੰਦੇ ਜੁੜੀ ਬੈਠੀ ਹੈ ਮੈਚਾਂ ਦੇ ਨਾਲ ਕਦੇ ਦਿਲ ਨਹੀਂ ਕਰਦਾ ਹਿੱਲੇ ਨੂੰ ਕਿਉਂਕਿ ਮੈਚ ਬਾਕੀ ਸਿਰੇ ਦਾ ਖੇਡਿਆ ਜਾ ਰਿਹਾ ਅਗਲਾ ਬੱਲੇਬਾਜ਼ ਆ ਗਿਆ ਰੱਤੇ ਖੇੜੇ ਪਿੰਡ ਦਾ ਮੇਰੇ ਮਿੱਤਰੋ ਰੱਤੇ ਖੇੜੇ ਵਾਲਾ ਆ ਗਿਆ ਤੇ ਸਾਹਮਣੇ ਕਹਿੰਦੇ
ਪਾਜਵੇ ਦੇ ਸਾਹਮਣਾ ਕਰਾਂ ਤੇ ਬਾਅਦ ਕੇਲੇ ਭੌੜੀਏ ਮੇਰੇ ਮਿੱਤਰੋ ਐਚ ਕਹਿੰਦੇ ਚੋਟੀ ਦਾ ਹੀ ਹੈ ਇਨਸਾਨਾਂ ਦੇ ਭੇੜ ਹੈ ਤੂੰ ਟੀਮਾਂ ਪੂਰਾ ਜ਼ੋਰ ਲਗਾ ਰਹੀ ਹੈ ਹਰਿਆਣਾ ਕ੍ਰਿਕਟ ਫੀਵਰ ਦੇ ਜ਼ਰੀਏ ਕੁੜੀਆਂ ਫਿਰਦੀ ਹੈ ਤੇ ਬਾਹਰ ਪੈਣ ਜਾ ਰਹੀ ਹੈ ਮੇਰੇ ਮਿੱਤਰੋ ਭਾਜਵਾ ਭਾਜਵਾ ਭੱਲੇ 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 ਰਨ ਛੇ ਹੈ ਬੱਚੋ ਸਾਈਡ ਤੇ ਹੋ ਜਾਓ ਸਵਾਰੀ ਆਪਣੇ ਸਵਾਰ ਦੀ ਆਪ ਹੀ ਚੁੱਪੇ ਵਾਰ ਹੈ ਰਨ ਛੇ ਹੈ ਖੇਡ ਦੇ ਮੈਦਾਨ ਦੇ ਵਿੱਚ ਇਹ ਖੇਲਿਆ ਤਿਆਰੀ ਫੜ ਤੇ ਚੌੜ ਦੇ ਵਿੱਚ ਫਾਈਨਲ ਚ ਪੁੱਜੀ ਹੈ ਇਹ ਕੋਈ ਗੱਲਬਾਤ ਹੈ ਇਹ ਟੀਮ ਫੇਰ ਹੀ ਫਾਈਨਲ ਦੇ ਵਿੱਚ ਪੁੱਜੀ ਹੈ ਇਹਦੇ ਵਿੱਚ ਕੋਈ ਗੱਲਬਾਤ ਹੈ ਬਸ ਸਾਹਮਣੇ ਕਹਿੰਦੇ ਫੇਰ ਵੱਡਾ ਵਾਲ ਪਾਉਣ ਲਈ ਤਿਆਰ ਸਾਹਮਣੇ ਕਹਿੰਦੇ ਬਾਜਵਾ ਰੱਤੇ ਖੇੜੇ ਵਾਲਾ ਮੇਰੇ ਮਿੱਤਰੋ ਕ੍ਰਿਕਟ ਦੇ ਵਿੱਚ ਬੜੀ ਚੜਾਈ ਹੈ ਬੜੀ ਚੜਦਾ ਕੇਲੇ ਦੀ ਵਾਲ ਪੈ ਗਈ ਹੈ ਮੇਰੇ ਮਿੱਤਰੋ ਲਓ ਸਾਹਮਣੇ ਪਿੱਛੇ ਨੂੰ ਨਾ ਪੱਛ ਇੱਕ ਚ ਵੱਜ ਇੱਕ ਚ ਬਗਾਨੇ ਪੁੱਟ ਦੀ ਇੱਕ ਦੇ ਵਿੱਚ ਵੱਜ ਇੱਕ ਦੇ ਵਿੱਚ ਵੱਜ ਇੱਕ ਦੇ ਵਿੱਚ ਸਾਹਮਣੇ ਹੈ ਕਿਉਂ ਡਰ ਲੱਗਦਾ ਹਲੇ ਤਾਂ ਕੰਮ ਸ਼ੁਰੂ ਹੀ ਹੋਇਆ ਹਲੇ ਤਾਂ ਕੰਮ ਸ਼ੁਰੂ ਹੀ ਹੋਇਆ ਲਓ ਸਾਹਮਣੇ ਕਹਿੰਦੇ ਫੇਰ ਗੇਲ ਦੀ ਵਾਲ ਪੈਰ ਜਾਰੀ ਹੈ ਮੇਰੇ ਮਿੱਤਰ ਐਨ ਪੂਰਾ ਹੀ ਜ਼ੋਰ ਲੱਗਿਆ ਹੋਇਆ ਦੋਨੇ ਟੀਮਾਂ ਦਾ ਗੇਲ ਦੀ ਵਾਲ ਪੈ ਗਈ ਹੈ ਚੋਟੀ ਦਾ ਮੁਕਾਬਲਾ ਫੇਖਣ ਵਾਲਾ ਮੁਕਾਬਲਾ ਅਗਲੀ ਵਾਰ ਫੇਰ ਕੇਲੇ ਦੀ ਪੈਣ ਜਾ ਰਹੀ ਹੈ ਓਏ ਪਾਜਵਿਆ ਤਿਆਰੀ ਫੜ ਓਏ ਪਾਜਵਿਆ ਤਿਆਰੀ ਫੜ ਤਿਆਰੀ ਫੜ ਫੜੀ ਸੀ ਇਹ ਤਾਂ ਪੱਪ ਸੀ ਜਾ ਰਿਹਾ ਖਿਡਾਰੀ ਆਊਟ ਕਿਆ ਅਗਲਾ ਬੰਦੇ ਰਾਜ ਹੈਲੋ ਹੈਲੋ 25 ਸਕੋਰ ਜਿਹੜੇ ਬਣ ਚੁੱਕੇ ਆ ਗਰਾਊਂਡ ਦੇ ਅੰਦਰ 25 ਰਨ ਬਣ ਚੁੱਕੇ ਆ ਟੀਮ ਇਸ ਵੇਲੇ ਕਹਿੰਦੇ ਰੱਤੇ ਖੇੜੇ 25 ਰਨ ਬਣ ਗਏ ਆ ਤੇ ਆ ਗਿਆ ਕਹਿੰਦੇ ਨਵੀਂ ਮੇਰੇ ਮਿੱਤਰੋ ਕਦੇ ਗੱਲ ਝੱਲੀ ਕੁਠਾਲੇ ਵਾਲੇ ਨਵੀਂ ਦੀ ਕਹਿੰਦੇ ਉਹ ਵੀ ਤਕੜਾ ਖੇਡਦਾ ਮਲੇਰ ਕੋਟਲੇ ਦਾ ਏਰੀਆ ਕਹਿੰਦੇ ਐਨ ਮੰਨਿਆ ਪਰਮੰਨਿਆ ਖਿਡਾਰੀ ਹੈ ਮਲੇਰ ਕੋਟਲਾ ਉਹ ਸ਼ਹਿਰ ਜਿੱਥੇ ਟੁੱਟੇ ਹਾਡੀ ਜੁੜਦੇ ਆ ਮੇਰੇ ਮਿੱਤਰੋ ਟੁੱਟੇ ਹਾਡੀ ਜੁੜਦੇ ਆ ਉਹ ਭਾਜੀ ਟੀ ਲੈਸ ਮੋਟਰ ਦਾਨ ਕਿਹੜੇ ਵੀਰ ਦਾ ਅੰਦਰ ਬਾਹਰ ਕਰ ਦਿਓ ਸਾਡੀ ਬੇਨਤੀ ਹੈ ਫਾਈਨਲ ਮੈਚ ਹੈ ਭਾਜੀ ਬੇਨਤੀ ਹੈ ਬਾਹਰ ਕਰ ਦਿਓ ਮੋਟਰਸਾਈਕਲ ਨਾ ਸਾਹਮਣੇ ਕਹਿੰਦੇ ਅਗਲੇ ਓਵਰ ਦੀ ਸ਼ੁਰੂਆਤ ਨਸੀਬਪੁਰੇ ਵਾਲੀ ਬਾਹਰ ਪੈ ਗਈ ਹੈ ਸਾਹਮਣੇ ਹੋਊਗੀ ਵਾਈਡ ਹੋਊਗੀ ਵਾਈਡ ਤੇ 25 ਤੇ 1 ਹੋ ਗਏ 26 ਬਾਲਾਂ ਹਾਲੇ 6 ਕਚਾਰੀ ਦੇ ਵਿੱਚ ਹਾਜ਼ਰੀ ਲਵਾਉਣਗੇ ਹੈ ਨਾ ਸਾਹਮਣੇ ਕਹਿੰਦੇ ਫੇਰ ਬਾਲ ਪੈਣ ਜਾ ਰਹੀ ਹੈ ਮੇਰੇ ਮਿੱਤਰ ਨੂੰ ਸਾਹਮਣੇ ਬੱਲੇਬਾਜ ਹੈ ਤੇ ਬਾਲ ਪੈ ਗਈ ਹੈ ਉਧਰ ਖੇਡਿਆ ਹੋਇਆ ਸ਼ਾਟ ਉਹ ਥੱਲੇ ਦੀਪ 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 ਸਿਰੇ ਦਾ ਕੈਚ ਕਰ ਗਿਆ ਮੇਰੇ ਮਿੱਤਰ ਨੂੰ ਖਿਡਾਰੀ ਆਊਟ ਤੇ ਆਵੇ ਅਗਲਾ ਬੱਲੇਬਾਜ ਰੱਤੇ ਖੇੜੇ ਦੀ ਟੀਮ ਦਾ ਆਵੇ ਅਗਲਾ ਬੱਲੇਬਾਜ ਸਾਡੀ ਬੇਨਤੀ ਹੈ ਲਓ ਸਾਹਮਣੇ ਕਹਿੰਦੇ ਅਗਲੀ ਵਾਰ ਫੇਰ ਪੈਣੀ ਹੈ ਓਏ ਨਵੀਂ ਤਿਆਰੀ ਫੜ ਲੈ ਓਏ ਨਵੀਂ ਤਿਆਰੀ ਫੜ ਲੈ ਓਏ ਨਵੀਂ ਤਿਆਰੀ ਫੜ ਲੈ ਓ ਤਿਆਰੀ ਫੜ ਲੈ ਰਨ 6 ਹੈ ਰਨ 6 ਹੈ ਮੇਰੇ ਮਿੱਤਰੋ ਰਨ 6 ਹੈ ਵੀ ਕੱਟਦੇ ਨੀ ਤਿੰਨ ਲਾਰੇ ਜ਼ਿੰਦਗੀ ਨੂੰ ਲਾ ਕੇ ਇਹ ਤਾਂ ਸਰਫਾ ਬਣਾਉਂਦੇ ਹੱਥ ਪਾਉਂਦੀ ਚ ਪਾ ਕੇ ਇਹ ਤਾਂ ਸਰਫਾ ਬਣਾਉਂਦੇ ਹੱਥ ਪਾਉਂਦੀ ਚ ਪਾ ਕੇ ਅੱਜ ਗੁਰੂ ਨਾਨਕ ਦੇਵ ਸਟੇਡੀਅਮ ਦੇ ਵਿੱਚ ਢਿੰਗਰ ਦੇ ਵਿੱਚ ਫਲੀ ਜਾਂਦੀ ਹੈ ਢਿੰਗਰ ਦੇ ਵਿੱਚ ਕਹਿੰਦੇ ਫਲੀ ਜਾਂਦੀ ਹੈ ਤੇ ਹੱਥ ਵੀ ਕਹਿੰਦੇ ਰੱਤੇ ਖੇੜੇ ਵਾਲੇ ਨਵੀਂ ਨੇ ਪਾ ਰੱਖਿਆ ਪਲਦੀ ਦੇ ਵਿੱਚ ਵੀ ਨਸੀਬਪੁਰੇ ਵਾਲਿਆ ਕਿਤੇ ਮਰਜ਼ੀ ਸੁੱਟ ਕਿਤੇ ਮਰਜ਼ੀ ਸੁੱਟ ਆਪਾਂ
ਭਾਰੀ ਰੱਖਾਂਗੇ ਆਪਾਂ ਭਾਰੀ ਰੱਖਾਂਗੇ ਆਪਾਂ ਭਾਰੀ ਰੱਖਾਂਗੇ ਤੇ ਬਾਲ ਕਹਿੰਦੇ ਭਾਈ ਹੋ ਚੁੱਕਿਆ ਮੇਰੇ ਮਿੱਤਰੋ ਅਗਲੀ ਵਾਰ ਫੇਰ ਮੁੰਡਾ ਪਾਉਣ ਲਈ ਤਿਆਰ ਤੇ ਸਾਹਮਣੇ ਕਹਿੰਦੇ ਰੱਤੇ ਖੇੜੇ ਵਾਲਾ ਨਵੀਂ ਹੈ ਜਿਹਨੇ ਸਾਹਮਣੇ ਕਰਨਾ ਗਰਾਊਂਡ ਦੇ ਅੰਦਰ ਖੇਡਿਆ ਆਇਆ ਸ਼ਾਟ ਗੇਲ ਮੌਜੂਦ ਗੇਲ ਮੌਜੂਦ ਤਕੜੀ ਫੀਲਡ ਤੇ ਬਾਲ ਹੋ ਗਈ ਡਾਟ ਮੇਰੇ ਮਿੱਤਰੋ ਗਰਾਊਂਡ ਦੇ ਅੰਦਰ ਬਾਲ ਹੋ ਗਈ ਡਾਟ ਹਾਂਜੀ ਲਓ ਸਾਹਮਣੇ ਕਹਿੰਦੇ ਫੇਰ ਨਵੀਂ ਆ ਗਿਆ ਮੇਰੇ ਮਿੱਤਰੋ ਰੱਤੇ ਖੇੜੇ ਪਿੰਡ ਦਾ ਖਿਡਾਰੀ ਹੈ ਜਿਹਨੇ ਸਾਹਮਣਾ ਕਰਨਾ ਹੈ ਤੇ ਬਾਲ ਕਹਿੰਦੇ ਪੈ ਗਈ ਹੈ ਲਓ ਸਾਹਮਣੇ ਨਵੀਂ ਪੱਲੇ ਕਮਾਲ ਕਮਾਲ ਹੀ ਕਰਦੀ ਹੈ ਉਹਦੇ ਸਵਾਸ ਨੂੰ ਉਹਦਾ ਲਲਕਾਰਾ ਮਾਰ ਕੇ ਦੱਸੋ ਜਰਾ ਬਾਕੀ ਕਹਿੰਦੇ ਨਜ਼ਾਰੇ ਹੈ ਬਾਕੀ ਨਜ਼ਾਰੇ ਹੈ ਮੇਰੇ ਮਿੱਤਰੋ ਅੰਨ ਨਜ਼ਾਰੇ ਪਿੱਛੇ ਹੀ ਪੈਸੇ ਲੱਗ ਗਏ ਹੈ ਐਨ ਕਹਿੰਦੇ ਬਾਕੀ ਸਵਾਦ ਆ ਮੇਰੇ ਮਿੱਤਰੋ ਆਪਦੇ ਮੈਚਾਂ ਦਾ ਨਾਲ ਸਾਹਮਣੇ ਕਹਿੰਦੇ ਬੱਲੇਬਾਜ ਰੱਤੇ ਖੇੜੇ ਪਿੰਡ ਦਾ ਮੇਰੇ ਮਿੱਤਰੋ ਸਾਹਮਣੇ ਹੈ ਨਸੀਬਪੁਰੇ ਵਾਲੇ ਨੇ ਬਾਲ ਪਾਉਣੀ ਹੈ ਜਿਹੜਾ ਬਠਿੰਡੇ ਵਾਲਾ ਉਧਰ ਸੰਗਰੂਰ ਵਾਲਾ ਟੱਕਰ 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 ਦੋ ਜ਼ਿਲ੍ਹਿਆਂ ਦੀ ਦੋ ਦੂਜੀ ਬਾਂਸਰ ਤੇ ਬਾਲ ਦੋ ਹੋ ਗਈ ਮੇਰੇ ਮਿੱਤਰੋ ਗਰਾਊਂਡ ਦੇ ਵਿੱਚ ਕਹਿੰਦੇ ਕਮਾਲ ਹੀ ਹੋ ਗਈ ਹੈ ਤਾਂ ਢਿੰਗਰ ਦੇ ਵਿੱਚ ਕਹਿੰਦੇ ਬੱਲੇ ਬੱਲੇ ਹੋ ਗਈ ਹੈ ਢਿੰਗਰ ਦੇ ਵਿੱਚ ਬੱਲੇ ਬੱਲੇ ਹੋ ਗਈ ਹੈ ਮੇਰੇ ਮਿੱਤਰੋ ਨਾ ਸਾਹਮਣੇ ਅਗਲੀ ਬਾਲ ਤੇ ਸਾਹਮਣੇ ਬੱਲੇਬਾਜ ਸੁੱਟੀ ਹੋਈ ਬਾਲ ਸਿਰੇ ਦੀ ਸਿਰੇ ਦੀ ਪਾਤੀ ਹੈ ਸਿਰੇ ਦੀ ਪਾਤੀ ਹੈ ਮੇਰੇ ਮਿੱਤਰੋ ਡਾਟ ਬਾਲ ਹੋ ਗਈ ਹੈ ਖੇਡ ਦੇ ਮੈਦਾਨ ਦੇ ਵਿੱਚ ਸ਼ੀਰਿਆ ਜਾ ਫੇਰ ਉੱਠੀ ਇੱਕ ਬਾਕੀ ਹੈ ਇੱਕ ਵਾਰ ਬਾਕੀ ਹੈ ਮੇਰੇ ਮਿੱਤਰੋ ਖੇਡ ਦੇ ਮੈਦਾਨ ਦੇ ਅੰਦਰ ਐਨ ਕਹਿੰਦੇ ਘਾੜੀ ਸਿਰੇ ਹੀ ਲੱਗੀ ਪਈ ਹੈ ਤੇ ਦੁਨੀਆਂ ਪੈਂਦੀ ਹੈ ਦੁਨੀਆਂ ਤਾਂ ਕਹਿੰਦੇ ਪੱਪਾ ਤੇ ਕਰਦੀ ਲੋਕੀ ਤਾਂ ਅੱਡੀਆਂ ਭੁੱਲ ਗਏ ਵੀ ਥੱਲੇ ਹੈ ਜਾਂ ਨਹੀਂ ਲੋਕੀ ਤਾਂ ਭੁੱਲ ਹੀ ਗਏ ਹੈ ਆਹ ਸਾਰੇ ਨਿੱਕੜੀ ਇਕੜੀ ਇੱਕ ਤੋਂ ਦੋ ਦੋ ਤੋਂ ਤਿੰਨ ਦੋ ਤੋਂ ਤਿੰਨ ਦੋ ਤੋਂ ਤਿੰਨ ਜੁੜ ਗਿਆ ਤੇ ਟੋਟਲ ਸਕੋਰ ਦੱਸਿਓ ਭਾਜੀ ਕਿੰਨੇ ਹੈ ਤੇਤੀ ਹੈ ਜੀ ਸੈਂਤੀ ਸੈਂਤੀ ਰਾਣਾ ਸੈਂਤੀ ਅਠੱਤੀ ਬਣਾਉਣਿਆ ਮੈਂ ਛੱਤਰ ਦੇ ਲਈ ਨਸੀਬਪੁਰੇ ਦੀ ਟੀਮ ਨੇ ਅਠੱਤੀ ਰਨ ਕਰਦੇ ਆ ਮੈਚ ਛੱਤਰ ਦੇ ਲਈ ਅਠੱਤੀ ਰਨ ਬਣਾਉਣੇ ਆ ਮੈਚ ਕਹਿੰਦੇ ਤਕੜਾ ਮੇਰੇ ਮਿੱਤਰੋ ਦੋਨੇ ਟੀਮਾਂ ਦਾ ਖੇਡਿਆ ਜਾ ਰਿਹਾ ਹੈ ਰੱਤਾ ਖੇੜਾ ਤੇ ਨਾਲ ਨਸੀਬਪੁਰੇ ਦਾ ਫਾਈਨਲ ਹੈ ਬਾਬਾ ਮੁਨੀ ਜੀ ਦੀ ਸਲਾਹ ਤੋਂ ਸਮਾਜ ਦੇ ਉੱਤੋਂ ਕਹਿੰਦੇ ਬਾਬਾ ਜੀ ਵੀ ਆਏ ਹੈ ਵੱਡਾ ਧੰਨਵਾਦ ਆਪਾਂ ਕਰਦੇ ਹਾਂ ਪ੍ਰਬੰਧਕਾਂ ਦੇ ਵਧੀਓ ਵੱਡਾ ਧੰਨਵਾਦ ਕਰਦੇ ਹਾਂ ਮੈਚ ਕਹਿੰਦੇ ਚੋਟੀ ਦੇ ਖੇਡਿਆ ਜਾ ਰਹੇ ਹੈ ਮੈਚ ਸ਼ੁਰੂ ਕਰਵਾ ਦਈਏ ਭਾਜੀ ਜਲਦੀ ਤੋਂ ਪਹਿਲਾਂ ਬੱਲੇਬਾਜ ਆ ਜਾਣ ਨਸੀਬਪੁਰੇ ਦੀ ਟੀਮ ਦੇ ਗਰਾਊਂਡ ਦੇ ਵਿੱਚ ਚੋਟੀ ਦਾ ਮੈਚ ਮੇਰੇ ਮਿੱਤਰੋ ਪੂਰਾ ਜ਼ੋਰ ਦੋਨੇ ਟੀਮਾਂ ਦਾ ਲੱਗਿਆ ਹੋਇਆ ਮੈਂ ਤੇਰੀ ਬੁੰਡ ਮੈਂ ਕੀ ਕਰਦਾ ਵਾਹਿਗੁਰੂ ਕਰਦਾ
ਉਧਰ ਬਾਬਾ ਜੀ ਵੀ ਆਏ ਆਪਾਂ ਵਾਡਾ ਧੰਨਵਾਦ ਕਰਦੇ ਹਾਂ ਸਤਿਕਾਰ ਦੇ ਯੋਗ ਵਾਡਾ ਧੰਨਵਾਦ ਬਾਬਾ ਮੁਨੀ ਜੀ ਦੀ ਸਲਾਹ ਤੋਂ ਆਏ ਹੈ ਵਾਡਾ ਧੰਨਵਾਦ ਆਪਾਂ ਕਰਦੇ ਹਾਂ ਤੇ ਮੈਚ ਸ਼ੁਰੂ ਕਰਵਾ ਦਈਏ ਸਾਡੀ ਬੇਨਤੀ ਹੈ ਵੀ ਮੈਚ ਸ਼ੁਰੂ ਕਰਵਾ ਦਈਏ ਦੋਨੇ ਟੀਮਾਂ ਦਾ ਮੈਚ ਮੈਂ ਸ਼ੁਰੂ ਕਰਵਾ ਦਈਏ ਲਓ ਤਕੜਾ ਮੈਚ ਆ ਮੇਰੇ ਮਿੱਤਰੋ ਬਠਿੰਡੇ ਵਾਲਾ ਕਹਿੰਦੇ ਡਾਕਟਰ ਹੈ ਬਾਲ ਪਾਉਣ ਲਈ ਵਾਧਾ ਹੋਇਆ ਸਾਹਮਣੇ ਨਿਕਲੀ ਹੈ ਪਹਿਲੀ ਬਾਲ ਸਾਹਮਣੇ ਅੱਜ ਤਾਂ ਕਹਿੰਦੇ ਨਾਨਕਾ ਪਿੰਡ ਹੈ ਅੱਜ ਤਾਂ ਕਹਿੰਦੇ ਪੱਲੇ ਵੱਲੇ ਹੈ ਅੱਜ ਤਾਂ ਕਹਿੰਦੇ ਪੱਲੇ ਵੱਲੇ ਹੈ ਅੱਜ ਤਾਂ ਪੱਲੇ ਵੱਲੇ ਹੈ ਖਾਲਸਾ ਜੀ ਮੌਕਾ ਦੇਵਾਂਗੇ ਮੌਕਾ ਦੇਵਾਂਗੇ ਠੰਡੇ ਰਹੋ ਸ਼ਾਂਤੀ ਰੱਖੋ ਮੌਕਾ ਆਊ ਜ਼ਰੂਰ ਲਓ ਸਾਹਮਣੇ ਕਹਿੰਦੇ ਫੇਰ ਜੀਰੋ ਤੇ ਤਿੰਨ ਲਿਖਿਆ ਟੀ ਸ਼ਰਟ ਦੇ ਨਗਰ ਤੇ ਸਾਹਮਣੇ ਕਹਿੰਦੇ ਨਿਕੜੀ ਨਿਕੜੀ ਪਰ ਬਾਲ ਟਕਾਰੇ ਦੀ ਬਾਲ ਗਿੱਟੇ ਲਾਲ ਕਰਦੇ ਹੈ ਫੀਤੇ ਖੋਲ ਦਿੱਤੇ ਹੈ ਚਾਰ ਓਵਰ 36 ਦਾ ਟਾਰਗੇਟ ਹੈ ਅਨੇ ਚੌੜਕੀਆ ਵਾਲਾ ਸਪੋਰਟ ਤੇ ਭੱਜਿਆ ਤੇ ਸਪੋਰਟ ਵੀ ਪੂਰੀ ਕੀਤੀ ਹੈ ਤੇ ਟੀਮ ਫਾਈਨਲ ਦੇ ਵਿੱਚ ਵੀ ਪੁੱਜ ਗਈ ਹੈ ਫਾਈਨਲ ਦੀ ਬਾਲ ਸਾਹਮਣੇ ਨਿਕੜੀ ਨਸੀਬਪੁਰੇ ਪਿੰਡ ਦਾ ਰਹਿ ਰਹੇ ਮਿੱਤਰੋ ਇੱਕ ਰਣ ਜੁੜ ਗਿਆ ਸਾਹਮਣੇ ਕੌਣ ਆ ਗਿਆ ਵੀ ਸਾਨੂੰ ਦੱਸਣਾ ਨੀ ਪੈਂਦਾ ਅਸੀਂ ਕੌਣ ਹੁੰਦੇ ਆ ਸਾਨੂੰ ਦੱਸਣਾ ਨੀ ਪੈਂਦਾ ਅਸੀਂ ਕੌਣ ਹੁੰਦੇ ਆ ਉਹ ਜਿਹੜੇ ਜਿਹੜੇ ਸ਼ੀਰੇ ਦੇ ਫੈਨ ਆ ਤਾੜੀ ਮਾਰ ਕੇ ਦੱਸ ਦੇ ਜਰਾ ਜੀਵਨ ਸਿੰਘ ਵਾਲੇ ਪਿੰਡ ਦਾ ਸ਼ੀਰਾ ਆ ਗਿਆ ਮੇਰੇ ਮਿੱਤਰੋ ਉਹ ਤੁਸੀਂ ਲਲਕਾਰਾ ਦਾਰ ਕੀ ਦੱਸੋ ਇਹ ਸ਼ੀਰੇ ਦੇ ਫੈਨ ਲਓ ਸਾਹਮਣੇ ਡਾਕਟਰ ਡਾਕਟਰ ਪੰਜਾਬ ਦਾ ਚੋਟੀ ਦਾ ਮੰਨ ਪੰਜਾਬ ਦਾ ਮੰਨਿਆ ਪ੍ਰਮੰਨਿਆ ਖਿਡਾਰੀ ਦੋ ਮੋਟਰਸਾਈਕਲਾਂ ਦਾ ਜੇਤੂ ਆ ਮੇਰੇ ਮਿੱਤਰ ਬਠਿੰਡੇ ਵਾਲਾ ਡਾਕਟਰ ਉਹ ਨਸੀਬਪੁਰੇ ਵਾਲਿਆ ਕਰ ਲੈ ਮੁੰਡੇ ਦਾ ਤਾਪਮਾਨ ਚੈੱਕ ਵੀ ਕਿੰਨਾ ਕੁ ਤਕੜਾ ਕਿੰਨਾ ਕੁ ਤਕੜਾ ਘਰ ਚੈੱਕ ਉਹ ਭੇਖੀ ਨਸੀਬਪੁਰੇ ਵਾਲਿਆ ਮੁੰਡਾ ਗੁੱਸੇ ਦੇ ਵਿੱਚ ਹੈ ਮੁੰਡਾ ਗੁੱਸੇ ਦੇ ਵਿੱਚ ਹੈ ਵੀ ਫਾਈਨਲ ਹੈ ਜੇ ਇੱਥੇ ਨਾ ਜ਼ੋਰ ਲਾਇਆ ਤਾਂ ਫਿਰ ਲਾਉਣਾ ਨਿਕੜੀ ਰਨ ਇੱਕ ਜੋੜ ਗਿਆ ਆਪਣੀ ਟੀਮ ਦੇ ਮੇਰੇ ਮਿੱਤਰੋ ਰਨ ਇੱਕ ਜੋੜ ਗਿਆ ਓਵਰ ਸਮਾਪਤ ਤੇ ਮੇਰੇ ਖਿਆਲ ਦੇ ਵਿੱਚ ਤਿੰਨ ਰਨ ਬਣੇ ਹੈ ਤਿੰਨ ਰਨ ਬਣੇ ਆ ਓਵਰ ਸਮਾਪਤ ਹੋਇਆ ਤੇ ਤਿੰਨ ਰਨ ਪਹੁੰਚ ਚੁੱਕਿਆ ਟੀਮ ਨਸੀਬਪੁਰੇ ਦੇ ਗਰਾਊਂਡ ਦੇ ਵਿੱਚ ਪੈਂਤੀ ਰਨ ਬਾਕੀ ਆ ਪੈਂਤੀ ਬਾਲ ਕੋਈ ਕਰ ਦਿਓ ਕੋਈ ਗਰਾਊਂਡ ਦੇ ਵਿੱਚ ਐਕਸਟਰਾ ਬਾਲ ਜ਼ਰੂਰ ਕੋਈ ਕਰ ਦਈਏ ਸਾਡੀ ਬੇਨਤੀ ਹੈ ਉਹ ਭਾਜੀ ਮੈਚ ਸ਼ੁਰੂ ਕਰਵਾ ਦੀ ਆਪਾਂ ਜਲਦੀ ਸਾਡੀ ਬੇਨਤੀ ਹੈ ਮੈਚ ਸਿਰੇ ਦਾ ਮੇਰੇ ਮਿੱਤਰੋ ਪੈਂਤੀ ਰਹਿ ਗਏ ਅਠਾਰਾਂ ਬਾਲਾਂ ਦੇ ਵਿੱਚ ਪੈਂਤੀ ਬਾਕੀ ਹੈ ਮੇਰੇ ਮਿੱਤਰੋ ਰੱਤੇ ਖੇੜੇ ਵਾਲਾ ਭਾਜਵਾ ਬਾਲ ਭਾ ਰਿਹਾ ਤੇ ਹੋ ਗਈ ਫਾਈਡ ਖੇਡਦੇ ਮੈਦਾਨ ਦੇ ਵਿੱਚ ਹੋਊਗੀ ਫਾਈਡ ਮੇਰੇ ਮਿੱਤਰੋ ਐਨ ਕਹਿੰਦੇ ਚੋਟੀ ਦਾ ਮੈਚ ਹੈ ਸਾਨਾ ਦਾ ਭੇੜ ਆ ਮੇਰੇ ਮਿੱਤਰੋ ਖੇਡਦੇ ਮੈਦਾਨ ਦੇ ਅੰਦਰ ਅੱਜ ਤਾਂ ਕਹਿੰਦੇ ਬਾਕੀ ਸਾਨਾ ਦਾ ਭੇੜ ਖੇਡਿਆ ਜਾ ਰਿਹਾ ਹੈ ਅਗਲੀ ਵਾਰ ਫੇਰ ਬਾਜਵੇ ਦੀ ਪੈ ਗਈ ਹੈ ਨਸੀਬ ਧੱਕੇ ਨਾਲ ਲੈ ਗਏ ਅੰਦਰ ਜੱਟਾਂ ਦੇ ਪੁੱਤ ਪਤੰਦਰ ਧੱਕੇ ਨਾਲ ਲੈ ਗਏ ਅੰਦਰ ਇਹ ਕਹਿੰਦੇ ਬੜਾ ਹੀ ਪਤੰਦਰ ਭੈਣਾ ਜਿਹਨੇ ਕਹਿੰਦੇ ਛੇ ਮਾਰੇ ਹੈ ਨਿਕਲੀ ਹੈ ਨਸੀਬਪੁਰੇ ਪਿੜਵਾ ਮੇਰੇ ਮਿੱਤਰੋ ਦੁਨੀਆਂ ਜਾਣਦੀ ਹੈ ਖਿਡਾਰੀ ਨੂੰ ਬਾਜਵੇ ਦੀ ਬਾਲ ਤੇ ਸਾਹਮਣੇ ਕਹਿੰਦੇ ਨਸੀਬ ਨਸੀਬਪੁਰੇ ਵਾਲਾ ਪੱਲੇ ਪੱਲੇ ਪੱਲੇ
ਪੱਲੇ ਕਢਾਰੇ ਹੈ ਰਨ ਇੱਕ ਜਿਹੜਾ ਜੋੜਦਾ ਮੇਰੇ ਮਿੱਤਰ ਰਨ ਇੱਕ ਜੋੜਦਾ ਹੈ ਸਾਹਮਣੇ ਕੌਣ ਆ ਗਿਆ ਸਾਹਮਣੇ ਸ਼ੀਰਾ ਆ ਗਿਆ ਜਿਹਦਾ ਕਹਿੰਦੇ ਜੀਵਨ ਸਿੰਘ ਵਾਲਾ ਪਿੰਡ ਹੈ ਮੇਰੇ ਮਿੱਤਰੋ ਵੀ ਮੈਂ ਸੁਣਿਆ ਜੀਵਨ ਸਿੰਘ ਵਾਲੇ ਦਾ ਸ਼ੀਰਾ ਬੜਾ ਪਤੰਦਰ ਭੈੜਾ ਏ ਇੱਕ ਵਾਰੀ ਜੇ ਮਗਰੀ ਪੈ ਜੇ ਫੇਰ ਨੀ ਛੱਡਦਾ ਖਹਿੜਾ ਏ ਇੱਕ ਵਾਰੀ ਜੇ ਮਗਰੀ ਪੈ ਜੇ ਫੇਰ ਨੀ ਛੱਡਦਾ ਖਹਿੜਾ ਏ ਇਹ ਤਾਂ ਮਗਰੀ ਪੈਣਾ ਪੈਣਾ ਨੀ ਫਾਈਨਲ ਹੈ ਸੈਕਿੰਡ ਪ੍ਰਾਈਜ਼ ਹੀ ਮਿਲੂ ਕੱਪਾਂ ਦੇ ਵਿੱਚ ਵੀ ਫਰਕ ਆ ਥੋੜਾ ਜਿਹਾ ਵੀ ਫਾਈਟ ਤੇ ਸੈਕਿੰਡ ਕੌਣ ਰਵੇਗਾ ਇਹ ਤਾਂ ਗੱਲਾਂ ਸਮੇਂ ਦੀਆਂ ਹੋ ਰਹੀਆਂ ਮੇਰੇ ਮਿੱਤਰੋ ਚੋਟੀ ਦਾ ਮੈਚ ਹੈ ਤਾਂ ਸਾਹਮਣੇ ਕਹਿੰਦੇ ਫੇਰ ਨਿਕੜੀ ਆ ਗਿਆ ਤੇ ਐਨ ਦੁਨੀਆ ਪੈਂਦੀ ਹੈ ਰੀਚਾ ਲਾ ਲਾ ਕੇ ਫਾਈਨਲ ਮੈਚ ਹੈ ਮੇਰੇ ਮਿੱਤਰੋ ਪੰਜਵੇਂ ਦੀ ਬਾਲ ਨਸੀਬਪੁਰੇ ਵਾਲਾ ਨਿਕੜੀ ਕਹਿੰਦੇ ਤੂੜ ਦਿੱਤਾ ਮੇਰੇ ਮਿੱਤਰੋ ਨਸੀਬਪੁਰੇ ਵਾਲਾ ਨਿਕੜੀ ਆਊਟ ਤੇ ਦੀਪ ਆ ਗਿਆ ਅਗਲਾ ਬੱਲੇਬਾਜ਼ ਕੋਈ ਪਤਾ ਨੀ ਸ੍ਰੀ ਜੀ ਵੀਰੇ ਅਜੇ ਤੱਕ ਸਰਪ੍ਰਾਈਜ਼ ਹੀ ਹੈ ਬਈ ਲਓ ਸਾਹਮਣੇ ਗਰਾਊਂਡ ਦੇ ਵਿੱਚ ਅਗਲੀ ਵਾਰ ਫੇਰ ਪੈ ਗਈ ਹੈ ਮੇਰੇ ਮਿੱਤਰੋ ਸਿਰੇ ਦੀ ਬਾਲ ਪਾਤੀ ਹੈ ਖਿਡਾਰੀ ਨੇ ਤਕੜੀ ਬਾਲ ਜਿਹੜੀ ਪਾਤੀ ਹੈ ਕਿੰਨੇ ਹੋ ਗਏ ਭਾਜੀ ਕਿੰਨੇ ਰਹਿ ਗਏ 13 ਰਨ ਬਣ ਗਏ ਜੀ 13 25 ਰਹਿ ਗਏ 25 20 ਤੇ ਭੱਜ ਗਏ 29 ਰਨ ਤੇ 4 ਕੱਟ ਸਰਪ੍ਰਾਈਜ਼ ਹੈ ਵੀਰੇ ਅਜੇ ਤੱਕ ਯਾਰ ਛੱਡ ਕੇ ਤੁਰ ਗਈ ਯਾਰ ਉਹ ਇਕੱਲੇ ਨੂੰ ਮਿਸ ਕਰਦੀ ਬੜਾ ਇਸ ਝੱਲੇ ਨੂੰ ਮੇਰੇ ਬਿਨਾ ਉਹ ਮਰਦੀ ਹੈ ਹੁਣ ਗੱਲ ਗੱਲ ਤੇ ਗਰਾਰੀ ਹਰਦੀ ਹੈ ਗੱਲ ਗੱਲ ਤੇ ਗਰਾਰੀ ਹਰਦੀ ਹੈ ਉਹਦੇ ਵਿੱਚ ਆਸਟ੍ਰੇਲੀਆ ਚਰਚੇ ਹੈ ਯਾਰਾਂ ਤੇ 5-7 ਪਰਚੇ ਹੈ ਉਹ ਉਸੇ ਗੱਲ ਤੋਂ ਸੜਦੀ ਹੈ ਹੁਣ ਗੱਲ ਗੱਲ ਤੇ ਗਰਾਰੀ ਹਰਦੀ ਹੈ ਗੱਲ ਤੇ ਗਰਾਰੀ ਅੜਦੀ ਹੈ ਗੱਲ ਜ਼ਿਲ੍ਹਾ ਮਾਨਸਾ ਦੇ ਵਿੱਚ ਫੈਲੀ ਹੈ ਢਿੰਗੜ ਪਿੰਡ ਦਾ ਚੱਕਾ ਵੈਲੀ ਹੈ ਦੀਦੀ ਸਹੇਲੀ ਮੈਲਬੋਰਨ ਪੜ੍ਹਦੀ ਹੈ ਗੱਲ ਗੱਲ ਤੇ ਗਰਾਰੀ ਅੜਦੀ ਹੈ ਗੱਲ ਗੱਲ ਤੇ ਗਰਾਰੀ ਅੜਦੀ ਹੈ ਗੱਲ ਗੱਲ ਤੇ ਗਰਾਰੀ ਅੜਦੀ ਹੈ ਮੈਚ ਤੱਕਣਾ ਹੈ ਮੈਚ ਸਹੇਲਾ ਮੇਰੇ ਮਿੱਤਰੋ ਕਿੰਨੇ ਕਿੰਨੇ ਹੋ ਗਏ ਦੱਸੀ ਵੀ ਰਿਹਾ 13 ਬਣ ਗਏ 13 ਤੇ 25 ਰਹਿ ਗਏ 25 ਰਹਿ ਗਏ 25 ਰਹਿ ਗਏ ਮੇਰੇ ਮਿੱਤਰੋ ਐਨ ਕਹਿੰਦੇ ਚੋਟੀ ਦਾ ਮੈਚ ਹੈ ਸਿਰੇ ਦਾ ਮੈਚ ਹੈ ਮੇਰੇ ਮਿੱਤਰੋ ਫਾਈਨਲ ਦਾ ਕਹਿੰਦੇ ਪੱਖਰਾ ਹੀ ਨਜ਼ਾਰਾ ਹੈ ਲਓ ਸਾਹਮਣੇ ਕਹਿੰਦੇ ਫੇਰ ਬਾਲ ਪਾਉਣ ਦੇ ਲਈ ਆ ਗਿਆ ਮੁੰਡਾ ਸਹਿਜ ਆ ਭਾਈ ਦੀ ਬਾਲ ਦਾ ਨਾਮ ਸਹਿਜ ਨੇ ਬਾਲ ਪਾਉੜੀ ਹੈ ਮੇਰੇ ਮਿੱਤਰ ਗੁਰਬਾਣੀ ਦਾ ਕਹਿੰਦੇ ਸ਼ਬਦ ਹੈ ਵੀ ਸਹਿਜ ਪੱਕੇ ਸੋ ਮਿੱਠਾ ਹੋਏ ਸਹਿਜ ਪੱਕੇ ਸੋ ਮਿੱਠਾ ਹੋਏ ਸਹਿਜ ਦੀ ਬਾਲ ਪੈਣ ਜਾ ਰਹੀ ਹੈ ਮੇਰੇ ਮਿੱਤਰ ਨਸੀਬਪੁਰੇ ਵਾਲਿਆ ਉਹ ਤਿਆਰੀ ਫੜ ਉਹ ਤਿਆਰੀ ਫੜ ਉਹ ਤਿਆਰੀ ਫੜ ਉਹ ਤਿਆਰੀ ਫੜ ਤਿਆਰੀ ਫੜ ਤੇ ਸਾਹਮਣੇ ਸ਼ੀਰਾ ਆ ਗਿਆ ਜੀਵਨ ਸਿੰਘ ਵਾਲੇ ਦਾ ਨੰਨੀ ਸਾਡਾ ਵੀਰ ਕਹਿੰਦਾ ਵੀ ਸੀਰੇ ਦੇ 3 ਛੱਕਿਆਂ ਤੇ ਪੂਰਾ 500 ਦਿੱਤਾ ਜਾਊ ਪੂਰਾ 500 ਦਿੱਤਾ ਜਾਊ ਸੀਰੇ ਦੇ 3 ਛੱਕਿਆਂ ਤੇ ਲਗਾਤਾਰ ਦੇ ਪਚਣਗੇ ਪਰ ਸਾਹਮਣੇ ਸ਼ਹਿਜ ਦੀ ਬਾਲ ਪੈਣ ਜਾ ਰਹੀ ਹੈ ਮੇਰੇ ਮਿੱਤਰੋ ਮੈਚ ਕਹਿੰਦੇ ਐਨ ਸਿਰੇ ਦਾ ਹੈ ਅੱਡੀ ਚੋਟੀ ਦਾ ਜ਼ੋਰ ਹੈ ਸ਼ਹਿਜ ਦੀ ਬਾਲ ਪੈਣ ਜਾ ਰਹੀ ਹੈ ਉਹ ਸ਼ੀਰਿਆ ਤਿਆਰੀ ਫੜ ਉਹ ਤਿਆਰੀ ਫੜ ਤਿਆਰੀ ਫੜ ਤਿਆਰੀ ਫੜ ਦੁਨੀਆ ਬਿੰਦੀ ਹੈ ਰਨ ਇੱਕ ਜਿਹੜਾ ਛੁੜ ਗਿਆ ਖੇਡ ਦੇ ਮੈਦਾਨ ਦੇ ਵਿੱਚ ਕਾਸਕੋ ਕ੍ਰਿਕਟ ਦਾ ਕਹਿੰਦੇ ਸਭ ਤੋਂ ਲੱਕੀ ਗੜਾਰੀ ਹੈ ਜੀਵਨ ਸਿੰਘ ਵਾਲੇ ਦਾ ਸ਼ੀਰਾ ਮੇਰੇ ਮਿੱਤਰੋ ਰਨ ਇੱਕ ਜੁੜ ਗਿਆ ਤੇ ਸਾਹਮਣੇ ਦੀਪ ਫੇਰ ਕਰ ਦਿੱਤਾ ਮੈਚ ਤਕੜਾ ਵਾ ਟੀਮਾਂ ਦਾ ਪੂਰਾ ਹੀ ਜ਼ੋਰ ਲੱਗਿਆ ਹੋਇਆ ਵੀ ਐਨ ਕਹਿੰਦੇ ਫਾਈਨਲ ਮੈਚ ਹੈ ਤੇ ਕੱਪ ਵੀ ਸਮਾਪਤੀ ਦੇ ਵੱਲ ਜਾ ਰਿਹਾ ਹੈ ਮੇਲਾ ਬਾਕੀ ਸਫਲ ਹੈ ਵੀ ਢਿੰਗੜ ਦੇ ਵਿੱਚ ਯਾਰ ਉਹ ਭਾਰੀ ਇਕੱਠ ਹੋ ਗਿਆ ਮੇਲਾ ਢਿੰਗੜ ਵਾਲਿਆਂ ਦਾ ਤਾਂ ਯਾਰ
यारो मेला आजाद हेल्थ क्लब वाले का था यारो आप ही हो गया बाकी कहते आप हो गया मेरे मित्रों ਪੱਲੇ ਸੱਚੀ ਬੋਲੀ ਬੋਲੀ ਆ ਨਸੀਬ ਪੁਰੇ ਵਾਲੇ ਨੇ ਸੱਚੀ ਬੋਲੀ ਬੋਲੀ ਹੈ ਵੀ ਖਿਡਾਰੀ ਕਹਿੰਦੇ ਆਊਟ ਮੇਰੇ ਮਿੱਤਰੋ ਹੋ ਚੁੱਕਿਆ ਐਨ ਕਹਿੰਦੇ ਬਾਕੀ ਮੇਰੇ ਮਿੱਤਰੋ ਸਵਾਦ ਬਚਿਆ ਹੋਇਆ ਮੇਲਾ ਬਾਕੀ ਅੱਤ ਹੋ ਗਿਆ ਵੀ ਮੇਰੇ ਤੋਂ ਫਾਜੇ ਲੱਗੇ ਹੈ ਕਈ ਮਹੀਨੇ ਪਹਿਲਾਂ ਮਿਹਨਤ ਕਰਨੀ ਪੈਂਦੀ ਹੈ ਵੀ ਮੈਂ ਐਂਟਰ ਕਰਨੀਆਂ ਪੈਂਦੀਆਂ ਫੇਰ ਜਾ ਕੇ ਵੱਡੇ ਸਟਾਰ ਪੈਂਦੇ ਹੈ ਤੇ ਆਜ਼ਾਦ ਹੈਲਥ ਕਲੱਬ ਵਾਲਿਆਂ ਨੇ ਕੀਤੇ ਵੀ ਹੈ ਤੇ ਕੁਲਵਿੰਦਰ ਵਰਗੇ ਵੀਰ ਹੈ ਵੱਡੇ ਸਾਡੇ ਵੀਰ ਹੈ ਵੱਡਾ ਧੰਨਵਾਦ ਹੈ ਤੇ ਐਨ ਕਹਿੰਦੇ ਲੈ ਸਾਹਮਣੇ ਕਹਿੰਦੇ ਅਗਲੀ ਵਾਰ ਫੇਰ ਖੇਡਿਆ ਹੋਇਆ ਸ਼ੋਟ ਰਨ ਛੇ ਉਹ ਚੱਕਿਆ ਸਵਾਦ ਆਉਂਦਾ ਤਾੜੀ ਤਾੜੀ ਤੂੜੀ ਮਾਰ ਦੇ ਤਾੜੀ ਤੂੜੀ ਮਾਰ ਦੇ ਭੁੱਖਾ ਪੁੱਠਾ ਪੰਗਾ ਲੈ ਲਿਆ ਜੱਤੀਏ ਬੋਕਰੇ ਸਿੰਘਾਂ ਨੂੰ ਅੱਖ ਲਾ ਕੇ ਪੁੱਠਾ ਪੰਗਾ ਲੈ ਲਿਆ ਜੱਤੀਏ ਲੱਗਿਆ ਤਾੜੀ ਮਾਰਦਾ ਕਰ ਜਿਵੇਂ ਧੂੜੀ ਵਾਲਾ ਕਹਿੰਦਾ ਹੁੰਦਾ ਵੀ ਤਾੜੀ ਖੁੱਲ ਕੇ ਮਾਰ ਦਿਓ ਗੱਲ ਦਿਲ ਵਿੱਚ ਰੱਖਿਓ ਨਾ ਕਿਸੇ ਰੋਂਦੇ ਬੰਦੇ ਨੂੰ ਕਦੇ ਕਦੇ ਵੀ ਚੋਰਾਂ ਦੀ ਤੰਦਰੁਸਤੀ ਦਾ ਵੇਲਾ ਕ੍ਰਿਕਟ ਖੇਡ ਹੈ ਚੋਰਾਂ ਦੀ ਤੰਦਰੁਸਤੀ ਦਾ ਵੇਲਾ ਕ੍ਰਿਕਟ ਖੇਡ ਹੈ ਚੋਰਾਂ ਦੀ ਬਾਕੀ ਕਹਿੰਦੇ ਸਵਾਦ ਹੈ ਨਸੀਬ ਪੁਰੇ ਵਾਲਾ ਫਿੱਟ ਹੋ ਕੇ ਆਇਆ ਹੈ ਵੀ ਭਾਜੀ ਆਪਾਂ ਤਾਂ ਹਿੱਟ ਹੀ ਕਰਨੀ ਹੈ ਲਓ ਸਾਹਮਣੇ ਕਹਿੰਦੇ ਫੇਰ ਸ਼ਾਇਦ ਦੀ ਵਾਰ ਪੈਣ ਜਾ ਰਹੀ ਹੈ ਮੇਰੇ ਮਿੱਤਰੋ ਗਰਾਊਂਡ ਦੇ ਵਿੱਚ ਫਾਈਨਲ ਮੈਚ ਹੈ ਮੇਰੇ ਮਿੱਤਰੋ ਚੋਰ ਦੋਵੇਂ ਟੀਮਾਂ ਦਾ ਕਹਿੰਦੇ ਲੱਗਿਆ ਹੋਇਆ ਹੈ ਪੂਰਾ ਹੀ ਜ਼ੋਰ ਲੱਗਿਆ ਹੋਇਆ ਹੈ ਅਗਲੀ ਵਾਰ ਪੈ ਗਈ ਹੈ ਪੰਦਰਾਂ ਬਾਕੀ ਮੇਰੇ ਮਿੱਤਰੋ ਖੇਡਦੇ ਮੈਦਾਨ ਦੇ ਵਿੱਚ ਚੋਟੀ ਦਾ ਮੈਚ ਮੇਰੇ ਮਿੱਤਰੋ ਟੱਕਰ ਕਹਿੰਦੇ ਸਨਾਂ ਦੇ ਭੇੜ ਹੀ ਹੋ ਗਏ ਹੈ ਟੱਕਰ ਪੱਪਰ ਸ਼ੇਰਾਂ ਦੀ ਹੋ ਗਈ ਹੈ ਮੇਰੇ ਮਿੱਤਰੋ ਟੱਕਰ ਪੱਪਰ ਸ਼ੇਰਾਂ ਦੀ ਹੋ ਗਈ ਹੈ ਛੇ ਵਾਲਾਂ ਤੇ ਪੰਦਰਾਂ ਰਹਿ ਗਏ ਛੇ ਵਾਲਾਂ ਪੰਦਰਾਂ ਰਹਿ ਗਏ ਐਨ ਕਹਿੰਦੇ ਚੋਟੀ ਦਾ ਮੁਕਾਬਲਾ ਹੈ ਵੇਖਣ ਵਾਲਾ ਮੁਕਾਬਲਾ ਮੇਰੇ ਮਿੱਤਰੋ ਦੁਨੀਆ ਵੀ ਕਹਿੰਦੇ ਦੂਰੋਂ ਨੇੜੇ ਆਈ ਹੈ ਤੇ ਮੈਚ ਵੀ ਤੱਕੜਾ ਹੈ ਤੇ ਬਾਲ ਪੌੜ ਲਈ ਆ ਗਿਆ ਗਾਉਂਦੀਆਂ ਨੇ ਕਹਿੰਦੇ ਰੱਤੇ ਖੇੜੇ ਪਿੰਡ ਦਾ ਆ ਗਿਆ ਮੇਰੇ ਮਿੱਤਰੋ ਦੱਸੋ ਫਿਰ ਬਈ ਕੌਣ ਜਿੱਤੂ ਹੋਣਾ ਇੱਕ ਓਵਰ ਪੰਦਰਾਂ ਬਾਕੀ ਹੈ ਕੱਚਿਆ ਚਨਾਵੇ ਵਿੱਚੋਂ ਮੈਨੂੰ ਲਾਵੇ ਪਾਰ ਦੇ ਐਨ ਕਹਿੰਦੇ ਕਮਾਲ ਨਾ ਬੈਠਾ ਮੇਰੇ ਮਿੱਤਰੋ ਸ਼ੀਰਾ ਕਿੱਥੇ ਜਾ ਕੇ ਸਾਥ ਛੱਡ ਕੇ ਗਿਆ ਉੱਥੇ ਜਾ ਕੇ ਛੱਡ ਕੇ ਗਿਆ ਜਿੱਥੇ ਕਹਿੰਦੇ ਕੁਝ ਘਰਾਂ ਨਹੀਂ ਰਹਿੰਦੇ ਸੀ ਮੈਂ ਤਾਂ ਪੂਰਾ ਹੀ ਆ ਗਿਆ ਸੀ ਪੰਦਰਾਂ ਰਹਿ ਗਏ ਪੰਜ ਵਾਲਾ ਪੰਦਰਾਂ ਬਾਕੀ ਮੇਰੇ ਮਿੱਤਰੋ ਪੰਜ ਵਾਲਾ ਪੰਦਰਾਂ ਬਾਕੀ ਚੌਕੀਆਂ ਵਾਲਾ ਸਾਡਾ ਯਾਰ ਵੀ ਆਇਆ ਹੋਇਆ ਤੇ ਪੂਰੀ ਸਪੋਰਟ ਹੈ ਅਗਲੀ ਵਾਰ ਫੇਰ ਗਰਾਊਂਡ ਦੇ ਵਿੱਚ ਪੈਗੀ ਹੈ ਮੇਰੇ ਮਿੱਤਰੋ ਖੇਡਿਆ ਹੋਇਆ ਸ਼ਾਟ ਤੇ ਨਾਲ ਇੱਕ ਜਾਂ ਫਿਰ ਦੋ ਤੇ ਬੱਲੇ 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 ਵੀ ਥੋੜਾ ਜਿਹਾ ਹੋ ਗਿਆ ਤੂੰ ਲੇਟ ਵੱਡੇ ਆ ਤੇ ਗੱਡੀ ਹੁਣੀ ਤੁਰੀ ਹੈ ਥੋੜਾ ਜਿਹਾ ਹੋ ਗਿਆ ਵੱਡੇ ਆ ਤੇ ਗੱਡੀ ਹੁਣੀ ਲੰਘੀ ਹੈ ਅੱਜ ਤਾਂ ਬੱਲੇ ਬੱਲੇ ਹੈ ਬੱਲੇ ਬੱਲੇ ਹੈ ਤੂੰ ਨਜ਼ਾਰਾ ਨਹੀਂ ਆਉਂਦਾ ਤਾੜੀ ਮਾਰ ਕੇ ਦੱਸੋ ਬਾਕੀ ਸਵਾਦ ਹੈ ਮੇਰੇ ਮਿੱਤਰੋ ਮੈਚਾਂ ਦੇ ਬਾਕੀ ਸਵਾਦ ਹੈ ਉਹ ਟਿੰਗਣਾ ਰਹੇ ਤਾੜੀ ਦੀ ਬੱਜੀ ਤਾੜੀ ਮਾਰਦੇ ਜੇ ਨਜ਼ਾਰਾ ਆਉਂਦਾ ਇਹ ਤਾੜੀ ਜ਼ੋਰਦਾਰ ਮਾਰੇ ਇਹ ਤਾੜੀ ਹੈ ਸਾਰਾ ਕੁਝ ਲੱਗ ਗਿਆ ਉਹ ਬੱਲੇ
ਸਾਹੇ ਮੰਡਿਆ ਸਾਹੇ ਰੱਤੇ ਖੇੜੇ ਵਾਲਿਆ ਸਾਹੇ ਰੱਤੇ ਖੇੜੇ ਵਾਲਿਆ ਸਾਹੇ ਰੱਤੇ ਖੇੜੇ ਵਾਲਿਆ ਭਾਜੀ ਮਾਈਕ ਬੰਦ ਰੱਖਿਓ ਬੇਨਤੀ ਕਰੀ ਕੁਝ ਕਮਾਲਾ ਬਾਕੀ ਹੈ ਮੇਰੇ ਮਿੱਤਰੋ ਕੁਝ ਕਮਾਲਾ ਰੱਤੇ ਖੇੜੇ ਵਾਲੇ ਦੀ ਬਾਲ ਪੈਣ ਜਾ ਰਹੀ ਹੈ ਖੇਡਣ ਦੀ ਟਰਾਈ ਤੇ ਬੱਲੇ 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 ਹੋ ਗਈ ਮੇਰੇ ਮਿੱਤਰੋ ਭਾਜੀ ਕਿੰਨੀਆਂ ਰਹਿ ਗਈਆਂ ਕਿੰਨੀਆਂ ਬਾਕੀ ਹੈ ਤਿੰਨ ਰਨ ਤੇ ਰਨ ਤੇਰਾ ਰਹਿ ਗਏ ਤੇਰਾ ਰਹਿ ਗਏ ਤੇਰਾ ਰਹਿ ਗਏ ਉਹ ਨਸੀਬਪੁਰੇ ਵਾਲਿਆ ਚਾਰ ਆ ਭਾਜੀ ਚਾਰ ਅੱਠ ਰਹਿ ਗਏ ਮੇਰੇ ਮਿੱਤਰੋ ਦੋ ਵਾਲਾ ਅੱਠ ਰਹਿ ਗਏ ਦੋ ਵਾਲਾ ਛੇੜੇ ਕਹਿੰਦੇ ਅੱਠ ਬਣ ਗਏ ਤਾੜੀ ਮਾਰਦੇ ਯਾਰ ਇੱਕ ਵਾਰੀ ਸਵਾਲ ਹੈ ਉਹ ਛੇੜੇ ਕਹਿੰਦੇ ਆ ਅੱਠ ਨਹੀਂ ਬਣਦੇ ਹੁਣ ਉਹ ਤਾੜੀ ਮਾਰ ਦਿਓ ਛੇੜੇ ਕਹਿੰਦੇ ਬਣ ਭਾਵੇਂ ਨਾ ਸਵਾਦ ਲੈਣਾ ਉਹ ਤਾੜੀ ਮਾਰ ਦਿਓ ਯਾਰ ਇੱਕ ਵਾਰੀ ਸਵਾਦ ਵਾਲੇ ਬਣੇ ਆ ਸਵਾਦ ਪਿੱਛੇ ਪੈਸੇ ਲੱਗੇ ਪਏ ਆ ਸਵਾਦ ਪਿੱਛੇ ਕੰਮ ਛੱਡਿਆ ਹੋਇਆ ਸਾਰਿਆਂ ਨੇ ਸਵਾਦ ਦੀ ਦੁਨੀਆ ਭੁੱਖੀ ਹੈ ਉਹ ਕਿੰਨੇ ਰਹਿ ਗਏ ਅੱਠ ਰਹਿ ਗਏ ਮੇਰੇ ਇੱਕ ਵਾਈਡ ਸੀ ਤਾਂ ਸਾਹਮਣੇ ਕਹਿੰਦੇ ਬਾਹਰ ਫੇਰ ਪੈਣ ਜਾ ਰਹੀ ਹੈ ਲਓ ਸਾਹਮਣੇ ਬੱਲੇ 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 ਪੈਣ ਜਾ ਰਹੀ ਹੈ ਫਾਈਨਲ ਮੈਚ ਟੂਰਨਾਮੈਂਟ ਦਾ ਸਮਾਪਤੀ ਪਲ ਹੈ ਖੱਟੀਆਂ ਮਿੱਠੀਆਂ ਯਾਦਾਂ ਛੱਡਦਾ ਜਾ ਰਿਹਾ ਹੈ ਉਹ ਜਦੋਂ ਬਾਲਰ ਭੱਜੂ ਇੱਕ ਵਾਰੀ ਸਾਰੇ ਤਾੜੀ ਜ਼ੋਰਦਾਰ ਨਰਕਾਰਾ ਜਿਹੜਾ ਵੀ ਮਾਰਨਾ ਰੱਤਾ ਖੇੜਾ ਜਿੱਤ ਗਈ ਤੇ ਸੈਕਿੰਡ ਨਸੀਬਪੁਰਾ ਟੂਰਨਾਮੈਂਟ ਸਮਾਪਤ ਵਾਟਾ ਧੰਨਵਾਦ ਸਾਰੀਆਂ ਟੀਮਾਂ ਸਾਰੀ ਸੰਗਤ ਸਾਰੀ ਰਾਜਨੀਤੀ ਸੰਗਤ ਦਾ ਸਾਡਾ ਧੰਨਵਾਦ ਸਰਬੱਤ ਦੇ ਭਲੇ ਦੇ ਲਈ ਬਹੁਤ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਾਣੇ ਅਣਜਾਣੇ ਦੇ ਵਿੱਚ ਜਗਿਆ ਕੁਝ ਗਲਤ ਬੋਲਿਆ ਗਿਆ ਮਾਫ਼ ਕਰ ਦੀ ਵੀ ਹੈ ਛੋਟਾ ਭਰਾ ਸਾਹਿਬ ਜੀ ਵੈਸੇ ਵੀ ਤੇਰੇ ਪੱਛੇ ਹੀ ਉਹਨਾਂ ਦਾ ਹੈ